सारे दोस्तों नूं प्यार भरी सति श्री अकाल, स्वागत करदे हां दोस्तों तुहाडा बेंत तोले वाले यूट्यूब चैनल दे उपर। सो इस वीडियो दे विच खरौड़ डेयरी फार्म दे जो ओनर ने आपां उहनां नाल मिलावांगे तुहानूं, ते इहनां दे बुल दी डिटेल भी लवांगे जो कि DFA मेले दे विचों पहले नंबर ते आया, ते काफ़ी शोआं दा विनर है ये बुल। ते इहनां दीआं मझां ने जिन्नियां भी फार्म दे उपर ब्यूटी कॉम्पीटिशन ते मिल्किंग कॉम्पीटिशन दे विचों काफ़ी चंगे प्राइज जितते हुए आ। आपां गल्लबात करदे आ। सो आपां पहलां तुहानूं बुल दिखा दईए एक बार सारा। इह नीली रावी का बुल है, ये इहदे बारे आपां पूरी डिटेल लैणे। सत श्री अकाल जी। सत श्री अकाल जी। की नाम है जी अपना? मेरा नाम बहादुर सिंह। बहादुर खोजे माजरा, जिला फतेहगढ़ साहब, खरौड़ डेयरी फार्म। ठीक, खरौड़ डेयरी फार्म जी। ये अपना बुल है जी पहले नंबर से। हाँ जी, इहदा नाम नूर है जी। ये अडल्ट दे विचों आया जी? अडल्ट, हाँ जी, वड्डे झूठे कह दिंदे आपां जिहड़े उहनां चों फर्स्ट प्राइज है जी। ठीक है जी। ते नीली रावी दा बुल आया फर्स्ट नंबर ते अपना, ते इहदी उम्र किन्नी हो गई जी? इहदी 5 साल 1 महीना हो गई जी। अच्छा, ये अपनी फिर घर दी जंप वाला जी बच्चा है? घर दा बच्चा। ठीक है जी। ते इहदा सीमन अवेलेबल है जी? अवेलेबल है जी। अच्छा, किस नाम ते इहदा सीमन जी? खरौड़ डेयरी फार्म ते जी। खरौड़ डेयरी फार्म ते। हाँ जी। ठीक है जी। ते इहदी सीमन दी जिहड़ी कीमत आ उह किन्नी रखी गई है जी? असीं रखी जी 150 रुपए रखी है। 150 रुपए है जी। ते सानूं इहदी पूरी डिटेल दिओ। नाम की है जी अपने बुल दा जी? बुल दा नाम नूर है जी। नूर। हां जी। ठीक है जी। ते इह किहड़े बुल दा बच्चा है जी? इह नाभा सरकार नीला बुल, नाभा सरकारी फार्म। अच्छा जी, नीला बुल जी। ठीक है जी। जे आपां इहदी मां दी गल करिए, इहदी ओहदी मतलब मिल्किंग कैपेसिटी किन्नी रही है? मिल्किंग कैपेसिटी जी ओहदी 20 किलो, 19 किलो ਅਤੇ 22 ਕਿਲੋ। ਜਿੰਨੇ ਵੀ 2012 'ਚ ਕੰਪੀਟੀਸ਼ਨ ਹਰੇਕ 'ਚ ਭਾਗ ਆ, ਉੱਥੋਂ ਜਿੱਥੋਂ ਮਰਜ਼ੀ ਕੋਈ ਚਾਹੇ ਡਿਟੇਲ ਕਢਾ ਸਕਦੇ ਨੇ। ਅੱਛਾ ਜੀ। ਅਤੇ ਘਰ ਦੀ ਚਵਾਈ ਵਿੱਚ 22720। ਅੱਛਾ ਜੀ, ਟੌਪ ਮਤਲਬ ਉਹਨੇ 22700 ਕਿਲੋ ਕੱਢਿਆ? 22700 ਜੋ ਡੇਅਰੀ ਵਿਭਾਗ ਚਵਾਈ ਹੁੰਦੀ ਹੈ। ਠੀਕ ਹੈ ਜੀ। ਅਤੇ ਆਪਣੇ ਫਾਰਮ ਦੇ ਉੱਪਰ ਹੋਰ ਕਿੰਨੇ ਜਾਨਵਰ ਨੇ ਟੋਟਲ ਜੀ? ਪਸ਼ੂ ਆਪਣੇ ਕੋਲ 35, 2 ਗਾਵਾਂ ਨੇ ਵਿੱਚ 35 ਮੱਝਾਂ ਨੇ ਜੀ। ਅੱਛਾ ਜੀ। ਅਤੇ 35 ਮੱਝਾਂ ਦੇ ਵਿੱਚ ਸਾਰੀ ਨੀਲੀ ਰਾਵੀ ਦੇ ਨੇ ਜਾਂ ਮੋਹਰਾ ਵੀ ਨੇ? ਨਹੀਂ, ਵਿੱਚ ਅੱਧੀਆਂ ਨੀਲੀ ਰਾਵੀ ਨੇ ਅਤੇ ਅੱਧੀਆਂ ਉਹ ਨੇ, ਯਾਨੀ ਕੰਮ ਨੀਲੀ ਰਾਵੀ 'ਤੇ ਵਧਾਉਂਦੇ ਹਨ ਜੋ ਵਧੀਆ ਮਤਲਬ ਸਾਡੇ ਆਪਣੀ ਇਸ ਬੁੱਲਾਂ ਦੇ ਵਧੀਆ ਬੱਚੇ ਆ ਰਹੇ ਨੇ ਜੀ। ਠੀਕ ਹੈ। ਗਾਹਾਂ ਤਿਆਰ ਕਰਕੇ ਅਸੀਂ ਹੌਲੀ ਹੌਲੀ ਨੀਲੀ ਰਾਵੀ ਉਰੇ ਕੰਮ ਕਰਦੇ ਜਾਂਦੇ ਹਾਂ। ਅੱਛਾ, ਤੁਸੀਂ ਜ਼ਿਆਦਾਤਰ ਤਰਜੀਹ ਹੈ ਜਿਹੜੀ ਉਹ ਨੀਲੀ ਰਾਵੀ ਨੂੰ ਦੇ ਰਹੇ? ਨੀਲੀ ਰਾਵੀ ਨੂੰ। ਕੀ ਤੁਹਾਨੂੰ ਲੱਗਦਾ ਜੀ ਆਉਣ ਵਾਲੇ ਸਮੇਂ 'ਚ, ਜਿਵੇਂ ਹੁਣ ਆਪਣਾ ਤਕਰੀਬਨ 30+ ਵੀ ਮੋਹਰਾ ਨਸਲ ਦੀਆਂ ਮੱਝਾਂ ਨੇ ਦੁੱਧ ਕੱਢਿਆ ਹੋਇਆ, ਕਿ ਉੱਥੇ ਤੱਕ ਦੁੱਧ ਪਹੁੰਚ ਜੂਗਾ ਨੀਲੀ ਰਾਵੀ ਦਾ ਜੀ? ਨਹੀਂ, ਦੇਖੋ ਜੀ, ਆਪਾਂ ਕੋਸ਼ਿਸ਼ ਕਰਾਂਗੇ, 5-7 ਸਾਲ ਲੱਗਣਗੇ ਜੀ, ਜ਼ਰੂਰ ਕਰਾਂਗੇ ਜੀ, ਇੰਨੇ ਵੱਧ ਤੋਂ ਵੱਧ। ਠੀਕ ਹੈ ਜੀ। ਵਾਅਦਾ ਨਹੀਂ ਕਰਦੇ। ਠੀਕ ਹੈ ਜੀ। ਵੱਧ ਤੋਂ ਵੱਧ ਅਤੇ ਕੋਸ਼ਿਸ਼ 25 ਉਹ ਵੀ 5-7 ਸਾਲ ਲੰਘ ਜਾਂਦੇ ਉਹਨੇ, ਜੇ ਆਪਾਂ ਅੱਜੇ ਕਹੀਏ ਜੀ ਆਪਾਂ ਇੰਨਾ ਦੁੱਧ ਲੈ ਲਾਂਗੇ ਜੀ, ਉਹ ਬਹੁਤ ਮੁਸ਼ਕਲ ਹੈ। ਹਾਂਜੀ ਹਾਂਜੀ। ਅਤੇ ਆਪਾਂ 2 ਮਿੰਟ ਤਾਂ ਕਰੀ ਪਤਾ, ਜਿਹੜਾ ਇਹ ਕੰਮ ਕਰ ਰਹੇ ਆਪਾਂ ਬਰੀਡਿੰਗ ਦੇ ਉੱਪਰ ਕਰ ਰਹੇ ਹਾਂ ਜਾਂ ਆਪਣਾ ਸੇਲ ਪਰਚੇਜ ਦਾ ਵਪਾਰ ਦਾ ਕੰਮ ਵੀ ਨਾਲ ਹੈ ਜੀ? ਖਾਸ ਕਰਕੇ ਬਰੀਡਿੰਗ 'ਤੇ ਹੀ ਕਰ ਰਹੇ ਹਾਂ ਜੀ। ਅੱਛਾ, ਬਰੀਡਿੰਗ 'ਤੇ ਕਰ ਰਹੇ ਹਾਂ ਜੀ। ਜੇ ਬਾਈ ਚਾਂਸ ਇਸ ਬੁੱਲ ਦੇ ਕਿਸੇ ਨੇ ਬੱਚੇ ਜਾਂ ਜਿਵੇਂ ਕੱਟੀਆਂ ਕਹਿੰਦੇ ਨੇ ਕੱਟੀਆਂ ਲੈਣੀਆਂ ਹੁਣ ਤੁਹਾਡੇ ਫਾਰਮ ਤੋਂ ਤਾਂ ਅਵੇਲੇਬਲ ਹੋ ਜਾਂਦੀਆਂ ਨੇ, ਮਿਲ ਜਾਂਦੀਆਂ ਨੇ? ਨਹੀਂ, ਉਹ ਜੇ ਆਪਾਂ ਦੇਖੋ ਕਹੀਏ ਵੀ ਹਾਂ ਆਪਣੇ ਕੋਲ ਹੈਗੀਆਂ, ਉਹ ਉਸੇ ਹਿਸਾਬ ਨਾਲ ਜੋ ਡੰਗਰ ਸੋਣਗੇ ਜੀ, ਉਸੇ ਹਿਸਾਬ ਨਾਲ ਸਾਨੂੰ ਮਤਲਬ ਪਹਿਲਾਂ 6 ਮਹੀਨੇ ਵਿੱਚ ਲੋਕ ਸਾਲ ਵੀ ਹੋ ਗਏ ਵੇਟ ਕਰਦੇ ਨੂੰ, ਪਹਿਲ ਉਹਨਾਂ ਦੀ ਆ, ਉਹ ਤੋਂ ਬਾਅਦ 'ਚ ਜੋ ਹੁੰਦਾ। ਠੀਕ ਹੈ ਜੀ। ਉਹ ਗਾ। ਠੀਕ ਹੈ ਜੀ। ਚਲੋ ਆਪਾਂ ਤੁਹਾਡਾ ਨੰਬਰ ਵੀ ਵੀਡੀਓ ਦੇ ਵਿੱਚ ਦੇ ਦਾਂਗੇ ਜੀ। ਅਤੇ ਤੁਸੀਂ ਮੈਨੂੰ ਇੱਕ ਗੱਲ ਦੱਸੋਗੇ ਵੀ ਜਿਹੜੇ ਬੁੱਲ ਦੀ ਡੇਲੀ ਦੀ ਖੁਰਾਕ ਕੀ ਆ, ਰੂਟੀਨ ਖੁਰਾਕ ਕੀ ਹੈ ਜੀ? ਨਹੀਂ ਦੇਖੋ, ਰੂਟੀਨ ਖੁਰਾਕ ਤਾਂ ਜੀ ਉਹੀ ਹੈ ਜੀ, ਮਤਲਬ ਲਾ ਲਓ 2 ਕਿਲੋ ਆਮ ਦਾਣਾ ਜਿਹੜਾ ਆਪਾਂ ਵਧੀਆ ਫੀਡ ਤਿਆਰ ਕਰਾਉਂਦੇ ਹਾਂ ਜੀ, 2 ਕਿਲੋ ਦੁੱਧ ਆ ਜੀ, ਮਤਲਬ 4 ਕਿਲੋ ਲਾ ਲਓ ਬਾਲਟੇ ਦਿਹਾੜੀ ਦਾ। ਅੱਛਾ ਜੀ। ਅਤੇ 2 ਕਿਲੋ ਸਵੇਰੇ, 2 ਕਿਲੋ ਸ਼ਾਮ ਨੂੰ ਜੀ। ਠੀਕ ਆ। ਦਾਣਾ ਵੀ 4 ਕਿਲੋ ਅਤੇ ਦੁੱਧ ਵੀ 4 ਕਿਲੋ? ਨਹੀਂ, ਦਾਣਾ 2 ਕਿਲੋ ਵਾਧੂਗਾ ਜੀ। ਸਿਰਫ 2 ਕਿਲੋ ਦਾਣਾ ਜੀ? 2 ਕਿਲੋ ਜੀ ਡੈਟਾ ਜੀ। ਅੱਛਾ ਜੀ। ਦੇਖੋ ਜੀ, ਆਪਾਂ ਹੁਣ ਕਹਿ ਦਈਏ ਜੀ, ਬਹੁਤ ਬੰਦੇ ਐਸੇ ਹੁੰਦੇ ਨੇ ਜਿਹੜੇ ਉਹ ਪਸ਼ੂ ਨੂੰ ਤਿਆਰ ਕਰਨਾ ਚਾਹੁੰਦੇ ਨੇ, ਪਰ ਉਹ ਜਿੱਥੋਂ ਇੱਥੇ ਸੁਣਦੇ ਆ ਵੀ ਅਸੀਂ 20 ਲੀਟਰ ਦੁੱਧ ਪਿਲਾ ਰਹੇ ਹਾਂ ਜੀ ਇਹਨੂੰ, ਹਾਂਜੀ, ਅਸੀਂ 20 ਕਿਲੋ ਸੇਬ ਖਿਲਾ ਰਹੇ ਹਾਂ, ਅਸੀਂ ਅੰਗਰੇਜ਼ੀ ਦੀ ਬੋਤਲ ਦੇ ਰਹੇ ਹਾਂ ਜੀ, ਹਾਂਜੀ ਹਾਂਜੀ, ਉਹ ਦੇਖੋ ਜੀ, ਤੁਸੀਂ ਆਪੇ ਲਾ ਕੇ ਦੇਖ ਲਓ ਜੀ ਉਹ ਕਿੱਥੇ ਹੁੰਦੇ। ਉਹ ਬੰਦੇ ਦਾ ਮਨ, ਉਹਦਾ ਸ਼ੌਂਕ ਹੁੰਦਾ ਵੀ ਮੈਂ ਮਤਲਬ ਇੰਨੀ ਮਿਹਨਤ ਤਿਆਰ ਕਰਾਂ, ਪਰ ਜਦੋਂ ਇਹ ਗੱਲਾਂ ਸੁਣਦਾ ਅੱਜ ਕੱਲ੍ਹ ਵਿਚਾਰਦਾ, ਉਹਦਾ ਮਨ ਟੁੱਟ ਜਾਂਦਾ ਜੀ, ਉਹ ਪਿੱਛੇ ਹਟ ਜਾਂਦਾ ਜੀ, ਪਿੱਛੇ ਹਟ ਜਾਂਦਾ ਜੀ। ਇਹ ਕਿਤੇ ਨਾ ਕਿਤੇ ਜਿਹੜਾ ਇਹ ਝੂਠ ਹੈ ਇਹ ਗੁੰਮਰਾਹ ਕਰ ਦਿੰਦਾ ਲੋਕਾਂ ਨੂੰ, ਲੋਕ ਦੂਰ ਨੱਠਦੇ ਇਹ ਚੀਜ਼ ਤੋਂ ਜੀ ਫਿਰ, ਕਿਉਂਕਿ ਇਹਨੇ ਅਨਾਜ ਤੋਂ ਆਪਦੇ ਸਰੀਰ ਦੀ ਤਾਕਤ ਲੈਣੀ ਹੈ, ਨਾ ਕਿ ਦਾਰੂ ਤੋਂ ਲੈਣੀ ਹੈ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਕਈ ਗੁੰਮਰਾਹ ਕਰਦੇ ਨੇ ਵੀ ਦਾਰੂ ਦੀ ਬੋਤਲ ਪੀਂਦਾ ਸਾਡਾ ਬੁੱਲ ਜਾਂ ਜੇ ਉਹ ਕੁਛ ਵੀ ਹੈ ਜੀ। ਅਤੇ ਜਿਵੇਂ 2 ਕਿਲੋ ਦਾਣਾ ਕਹਿ ਰਹੇ ਹੋ ਜੀ, ਉਹ ਤਾਂ ਬਹੁਤ ਜ਼ਿਆਦਾ ਇੱਕ ਲਿਮਿਟਡ ਜੀ ਡਾਇਟ ਆ ਮੇਰੇ ਹਿਸਾਬ ਨਾਲ ਜੀ। ਬਿਲਕੁਲ, ਮਤਲਬ ਹੁਣ ਤੁਸੀਂ ਇਹਦੀ ਹੈਲਥ ਦੇਖ ਲਓ ਜੀ, ਹਾਂਜੀ, ਇਹਦੀ ਉਮਰ ਦਾ ਪਤਾ ਜੀ, ਇਹਦਾ ਜਨਮ ਤੋਂ ਸਾਰੇ ਕੰਪੀਟੀਸ਼ਨਾਂ 'ਚ ਇਹਦੀ ਮਦਰ ਦਾ ਰਿਕਾਊਟ ਆ ਜੀ, ਸਾਰਾ ਮਤਲਬ ਚੱਲਦਾ ਰਿਹਾ, ਜਿਉਂ ਜਿਉਂ ਪੜ੍ਹਦਾ ਰਿਹਾ, ਹਰੇਕ ਸਾਲ 'ਚ ਕੰਪੀਟੀਸ਼ਨ 'ਚ ਜਾਂਦਾ ਰਿਹਾ ਜੀ, ਛੋਟਾ ਬੱਚਾ ਵੀ ਜਾਂਦਾ ਰਿਹਾ ਮਾਂ ਦੇ ਨਾਲ, ਹਾਂਜੀ, ਅਤੇ ਜਦੋਂ ਇਹ
15 16 ਮਹੀਨੇ ਦਾ ਹੋਗਾ ਸਾਡੇ ਸ੍ਰੀ ਚਮਕੌਰ ਸਾਹਿਬ ਕੰਪੀਟੀਸ਼ਨ ਤੇ ਉੱਥੇ ਫਸਟ ਪ੍ਰਾਈਜ਼ ਸੀ ਇਹਦਾ। ਠੀਕ ਹੈ ਜੀ। ਤੇ ਉਹਦੇ ਬਾਅਦ 2015 ਚ ਨਾ 17-18 ਸੋਰੀ ਹਾਂਜੀ 17-18 ਚ ਲੁਧਿਆਣਾ PTFA ਆ ਉੱਥੇ ਫਸਟ ਪ੍ਰਾਈਜ਼ ਸੀ ਇਹਦਾ। ਠੀਕ ਹੈ ਜੀ। ਉਹਦੇ ਬਾਅਦ 18-19 ਚ ਮੁਕਾਬਲਾ ਹੋਇਆ ਬਟਾਲਾ। ਠੀਕ ਹੈ ਜੀ। ਤੇ ਉੱਥੇ ਇਹ ਵੱਡੇ ਮਤਲਬ 2 ਦੰਦ ਤੋਂ ਚੌਗਾ ਇੱਕ ਦੰਦ ਤੋੜ ਕੇ ਤੇ ਚੌਗਾ ਚ ਚਲਿਆ ਗਿਆ ਤੇ ਵੱਡਿਆਂ ਚ ਚਲਿਆ ਗਿਆ ਤੇ ਉੱਥੇ ਲਾਇਆ ਜੀ। ਅੱਛਾ ਜੀ। ਉੱਥੇ ਵੀ ਇਹਦੀ ਪਟੀਸ਼ਨ 5ਵਾਂ 6ਵਾਂ ਪ੍ਰਾਈਜ਼ ਮਤਲਬ ਸਾਡੀ ਰਹੇ ਦੋ ਬੁੱਲਾਂ ਦੇ। ਠੀਕ ਹੈ ਜੀ। ਤੇ ਇਹਦੀ ਮਦਰ ਦਾ ਬਟਿਆਲੇ ਜੀ 18-900 ਕਰਕੇ ਜੀ ਉੱਥੇ ਬਾਰਿਸ਼ ਬਹੁਤ ਹੀ ਪਾਣੀ 'ਚ ਮਤਲਬ ਚਵਾਈ ਹੁੰਦੀ ਰਹੀ ਹੈ ਜੀ ਪਤਾ ਹੀ ਹੈ ਜੀ ਪਬਲਿਕ ਨੂੰ। ਹਾਂਜੀ ਹਾਂਜੀ। ਅਤੇ ਉੱਥੇ ਮਤਲਬ ਫਸਟ ਪ੍ਰਾਈਜ਼ ਦੀ ਮਦਰ ਦਾ ਉੱਤੇ ਹੋਈ। ਠੀਕ ਹੈ ਜੀ। 1.5 ਲੱਖ ਰੁਪਏ। ਅਤੇ ਇੱਕ ਗੱਲ ਮੈਂ ਇਹ ਪੁੱਛਣੀ ਚਾਹੁੰਦੀ ਜਿਵੇਂ ਤੁਸੀਂ 2 ਕਿਲੋ ਦਾਣਾ ਕਹਿ ਰਹੇ ਹੋ ਜੀ ਇੱਕ ਦਿਨ ਦਾ ਇਹਨੂੰ ਪੂਰੇ 24 ਘੰਟਿਆਂ ਦਾ, ਅਤੇ ਉਸ ਦਾਣੇ ਦੇ ਵਿੱਚ ਕੀ ਚੀਜ਼ਾਂ ਮਿਕਸ ਹੁੰਦੀਆਂ ਨੇ ਉਹ ਤੁਸੀਂ ਦੱਸਣਾ ਚਾਹੋਗੇ ਜੀ ਸਾਨੂੰ? ਹਾਂਜੀ ਦੇਖੋ ਵਰਤ ਕੇ ਦੇਖਣ ਜੀ ਪਬਲਿਕ। ਹਾਂਜੀ ਹਾਂਜੀ। ਮਤਲਬ ਚਰਨਾ ਚਾਹੁੰਦਾ ਜੀ। ਹਾਂਜੀ ਹਾਂਜੀ। ਜਿਵੇਂ ਲਾ ਲਓ ਜੀ ਕੁਛ ਉਹ 'ਚ ਸੋਇਆਬੀਨ ਹੋ ਗਈ ਜੀ। ਠੀਕ ਹੈ ਜੀ। ਕੁਛ ਥੋੜ੍ਹਾ ਜਿਹਾ ਛੋਲੇ ਹੋ ਗਏ ਜੀ, ਕਣਕ ਹੋ ਗਈ ਜੀ, ਮੱਕੀ ਹੋ ਗਈ ਜੀ। ਠੀਕ ਹੈ ਜੀ। ਅਤੇ ਬੜੇਮਾ ਬੁੱਲ ਲਈ ਆਪਣਾ ਮਤਲਬ ਬਹੁਤ ਜ਼ਿਆਦਾ ਠੀਕ ਨਹੀਂ ਹੈਗਾ ਜੀ ਵਧੀਆ। ਅੱਛਾ ਠੀਕ ਨਹੀਂ ਹੈਗਾ ਜੀ। ਠੀਕ ਹੈ। ਉਹਦੇ ਨਾਂ 'ਤੇ ਆਪਾਂ ਸਰੋਂ ਦੀ ਖਲ ਪਾ ਸਕਦੇ ਹਾਂ। ਠੀਕ ਹੈ ਜੀ। ਕੋਈ ਹੋਰ ਮਤਲਬ ਖਲਾਂ ਬਹੁਤ ਆਉਂਦੀਆਂ ਨੇ ਉਹ ਪਾ ਸਕਦੇ ਜੀ। ਠੀਕ ਹੈ ਜੀ। ਇਹਨਾਂ ਦੀ ਕੁਆਂਟੀਟੀ ਮਤਲਬ ਤਕਰੀਬਨ ਸੇਮ ਹੀ ਹੁੰਦੀ ਹੋਣੀ ਸਾਰੇ ਨਾਲ ਦੀ? ਇਹ ਤੁਸੀਂ ਦਾਣਾ ਉਬਾਲ ਵਗੈਰਾ ਪੈਣ ਜਾਂ ਵੈਸੇ ਪਸਾਈ ਕਰਕੇ ਪਿਓਗੇ? ਵੈਸੇ ਫੀਡ ਬਣਾ ਕੇ ਤਿਆਰ ਕਰਾ ਕੇ ਜੀ ਉਹਨੂੰ ਮਿਕਸ ਗ੍ਰਾਈਂਡਰ ਕਰਾ ਕੇ ਸਾਰੇ ਮਿਕਸ ਕਰਕੇ ਚੀਜ਼ਾਂ, ਕਿਉਂਕਿ 2 ਕਿਲੋ ਦਾਣੇ ਦੀ ਆਪਾਂ ਕੀਮਤ ਲਈ 30 ਰੁਪਏ ਕਿਲੋ ਜਾਂ ਹੱਦ 35 ਰੁਪਏ ਕਿਲੋ ਪੈਂਦਾ। 35-36 ਰੁਪਏ ਜਿਹੜਾ ਵਧੀਆ ਦਾਣਾ ਜੀ ਮਤਲਬ 35-36 ਤੋਂ ਉੱਪਰੇ ਪੈਂਦਾ ਜੀ, ਜਿਹੜਾ ਆਪਾਂ ਸਪੈਸ਼ਲ ਮਤਲਬ ਦਾਣੇ ਦੇ ਹਿਸਾਬ ਨਾਲ ਜੀ 70 ਰੁਪਏ ਖੁਰਾਕ ਹੋ ਗਈ ਦਾਣੇ ਦੀ, ਤਾਂ ਜੇ ਸਿਰਫ ਹੋ ਗਏ ਜੀ 2 ਕਿਲੋ ਗਾਈਆਂ ਦਾ ਦੁੱਧ ਸਵੇਰੇ ਹੋ ਗਿਆ, 2 ਕਿਲੋ ਸ਼ਾਮ ਨੂੰ ਹੋ ਗਿਆ, 4 ਕਿਲੋ ਹੋ ਗਿਆ ਜੀ। ਹਫ਼ਤੇ 'ਚ ਲਾ ਲਓ ਜੀ 2-3 ਦਿਨ ਛੱਡ ਕੇ 100-150 ਗ੍ਰਾਮ ਦੇਸੀ ਘੀ ਦਾ ਜੀ। ਦੇਸੀ ਘੀ ਦਾ ਜੀ। ਜੇ ਆਪਾਂ ਮਹੀਨੇ ਦੀ ਖੁਰਾਕ ਲਾਈਏ ਮੋਟੀ ਮੋਟੀ, ਮੈਨੂੰ ਇਹ ਲੱਗਦਾ ਵੀ 6-7 ਹਜ਼ਾਰ ਰੁਪਇਆ ਹੋਣੀ ਜੀ। ਨਹੀਂ ਆਉਂਦੀ ਜੀ, ਬਿਲਕੁਲ ਆਉਂਦੀ ਹੈ। ਬਹੁਤ ਬਹੁਤ ਸਫੀਸ਼ੀਐਂਟ। ਠੀਕ ਆ ਜੀ। ਜਿਹੜੀਆਂ ਆਪਾਂ ਹੋਰ ਗੱਲਾਂ ਸੁਣਦੇ ਹਾਂ ਜੀ, ਕੋਈ ਫਰੂਟ ਖਵਾ ਹੁੰਦਾ, ਕੋਈ ਕੁਛ ਖਵਾ ਹੁੰਦਾ ਜੀ? ਹੁਣ ਦੇਖੋ ਨਾ ਆਪਣੇ 'ਚ ਉਨੀ ਪਾਵਰ ਆਪਾਂ ਕਹਿ ਦਈਏ ਜੀ ਅਸੀਂ ਆਹ ਕਰਦੇ ਹਾਂ। ਠੀਕ ਹੈ ਜੀ। ਉਹ ਕਰਦੇ ਹਾਂ ਅਸੀਂ ਮਤਲਬ ਹੁਣ ਸਾਡੇ ਕੋਲ ਡੋਗਾਂ ਦਾ ਫਾਰਮ ਵੀ ਹੈ, ਮਤਲਬ ਪਹਿਲੇ ਨੰਬਰ 'ਤੇ ਚੱਲ ਰਹੇ ਨੇ ਜੀ ਹਰੇਕ ਕੈਨਲ 'ਤੇ, ਉਹ ਵੀ ਕਰੋੜ ਕੈਨਲ ਦੇ ਨਾਂ 'ਤੇ ਚੱਲ ਰਿਹਾ ਜੀ। ਅੱਛਾ ਜੀ। ਪਰ ਅਸੀਂ ਥੋੜ੍ਹੇ ਜਾਨਵਰਾਂ 'ਤੇ ਨਹੀਂ ਵੱਧ ਧਿਆਨ ਆ ਜੀ ਸਰ। ਤੁਸੀਂ ਜਿਹੜੀ ਅੱਜ ਜਾਣਕਾਰੀ ਦਿੱਤੀ ਸਾਨੂੰ ਬਹੁਤ ਹੀ ਸਹੀ ਅਤੇ ਸੁਚੱਜੇ ਢੰਗ ਨਾਲ ਦਿੱਤੇ ਵੀ 2 ਕਿਲੋ ਦਾਣਾ ਦੇ ਰਹੇ ਹਾਂ, ਜਾਂ ਨਹੀਂ ਤਾਂ ਅਸੀਂ ਅਕਸਰ ਸੁਣਨ ਨੂੰ ਮਿਲਦਾ ਜੀ ਸਾਡਾ 10 ਕਰੋੜ ਦਾ ਝੋਟਾ ਜੀ, ਇੱਕ ਦਿਨ ਦਾ ਇਹ 5 ਹਜ਼ਾਰ ਖਾ ਜਾਂਦਾ, 2 ਹਜ਼ਾਰ ਖਾ ਜਾਂਦਾ, ਉਹ ਲੋਕਾਂ ਨੂੰ ਗੁੰਮਰਾਹ ਜਾਂ ਅਟਰੈਕਟ ਕਰਨ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ। ਉਹੀ ਹੋ ਗਈ ਸਰ ਜੀ, ਮਤਲਬ ਹੁਣ ਕੋਈ ਬੱਚੇ ਦਾ ਸ਼ੌਂਕ ਹੁੰਦਾ ਜੀ ਮੈਂ ਇਹ ਕੰਮ ਪਾਸੇ ਨੂੰ ਜਾਵਾਂ, ਹਾਂਜੀ ਆਪਾਂ ਜੇ ਬੱਚਿਆਂ ਨੂੰ ਲਾਵਾਂਗੇ ਜੀ ਹੁਣ ਆਪਾਂ ਉਹਨਾਂ ਨੂੰ ਪਹਿਲੇ ਪਿੱਛੇ ਡਰਾ ਲਾਂਗੇ ਜੀ। ਸਹੀ ਗੱਲ ਹੈ ਜੀ। ਅਗਾਂਹ ਕਿੱਥੇ ਵਧਣਗੇ ਜੀ? ਨਹੀਂ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ। ਇੱਕ ਮੈਨੂੰ ਇਹ ਗੱਲ ਵੀ ਦੱਸੋ, ਜਿਵੇਂ ਆਪਣੀਆਂ 20+ ਮੱਝਾਂ ਹੁੰਦੀਆਂ ਨੇ, ਭਾਵੇਂ ਮੋਹਰਾ ਦੀ ਹੋਵੇ ਭਾਵੇਂ ਆਪਣੀ ਨੀਲੀ ਰਾਵੀ ਦੀ ਹੋਵੇ, ਉਹਨਾਂ ਨੂੰ ਕਿੰਨਾ ਕੁ ਦਾਣਾ ਸਫੀਸ਼ੀਐਂਟ ਰਹਿੰਦਾ ਜੀ? ਉਹਨਾਂ ਨੂੰ ਜੀ 5 ਤੋਂ 4 ਤੋਂ 5, 5 ਤੋਂ ਵੱਧ ਤੋਂ 6 ਤੋਂ ਵੱਧ ਨਹੀਂ ਕਦੇ ਜੀ ਅਸੀਂ ਪਾਇਆ ਹੈਗਾ ਜੀ। ਕੰਪੀਟੀਸ਼ਨਾਂ 'ਚ ਵੀ ਗਏ ਹਾਂ ਜੀ ਅਸੀਂ, ਦੇਖੋ ਨੀਲੀ ਰਾਵੀ ਦਾ ਅੱਜ ਰਿਕਾਰਡ ਆ ਜੀ, ਮੈਂ ਕਹਿੰਦਾ ਜੀ ਮਤਲਬ 21 ਕਿਲੋ ਦੁੱਧ ਕਰਨਾ ਨੀਲੀ ਰਾਵੀ ਤੋਂ ਬਹੁਤ ਵੱਡੀ ਗੱਲ ਆ ਜੀ। ਹਾਂਜੀ ਸਹੀ ਗੱਲ ਹੈ ਜੀ। ਅਤੇ ਹੁਣ ਆਪਾਂ ਕਹਿ ਦਈਏ ਜੀ ਕੰਪੀਟੀਸ਼ਨ 'ਚ ਫਲਾਣੇ ਦਾ ਬੱਚਾ ਜੀ ਇਹ ਧਿਮਕੇ ਦਾ ਜੀ, ਹਾਂਜੀ ਔਨਲਾਈਨ ਅਸੀਂ ਮਤਲਬ ਕਰ ਸਕਦੇ ਹਾਂ ਵੀ ਜੋ 2012 ਤੋਂ ਜਦ ਤੋਂ ਅਸੀਂ ਕੰਪੀਟੀਸ਼ਨ ਸ਼ੁਰੂ ਹੋਇਆ। ਹਾਂਜੀ ਹਾਂਜੀ। ਇਹਦਾ ਇਹਦੀ ਮਦਰ ਦਾ ਇਕੱਲੀ ਇਕੱਲੀ ਚੀਜ਼ ਦਾ ਰਿਕਾਰਡ ਪਿਆ ਜੀ ਸਾਡੇ ਕੋਲ। ਠੀਕ ਹੈ, ਸਾਰਾ ਡਿਟੇਲ ਦੇ ਵਿੱਚ ਪਿਆ ਜੀ, ਮਤਲਬ 5 ਤੋਂ 6 ਕਿਲੋ ਦਾਣਾ ਸਫੀਸ਼ੀਐਂਟ ਆ ਮੱਝ ਵਾਸਤੇ ਜੀ। ਹਾਂਜੀ ਹਾਂ। ਠੀਕ ਹੈ ਜੀ। ਉਹ ਜਣੀ ਤਕਰੀਬਨ ਜਿਹੜਾ ਉਹ ਦਾਣਾ ਉਹਦੀ ਡੇਟ ਤਿਆਰ ਕਰਦੇ ਹਾਂ ਉਹ 28 ਤੋਂ 29-30 ਰੁਪਏ ਪੈਂਦੇ ਜੀ। ਠੀਕ ਹੈ ਜੀ। 30 ਰੁਪਏ ਮੰਨ ਲਓ ਤੁਸੀਂ, ਹਾਂ 30 ਦੀ ਐਵਰੇਜ ਮੰਨ ਲਓ, ਬਹੁਤ ਨੋਰਮਲ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਨੂੰ ਇੰਨੀ ਸਹੀ ਜਾਣਕਾਰੀ ਦਿੱਤੀ ਸੁਚੱਜੇ ਢੰਗ ਨਾਲ। ਸੋ ਮੈਂ ਤੁਹਾਨੂੰ ਪਹਿਲਾਂ ਦੋਸਤੋ ਬੈਨਰ ਵੀ ਦਿਖਾਇਆ ਵੀਡੀਓ ਦੇ ਸਟਾਰਟਿੰਗ ਵਿੱਚ, ਕਾਫੀ ਜ਼ਿਆਦਾ ਕੰਪੀਟੀਸ਼ਨ ਵਿਨ ਕੀਤੇ ਨੇ ਭਾਵੇਂ ਇਹਨਾਂ ਦੀਆਂ ਮੱਝਾਂ ਹੋਣ ਜਾਂ ਬੁੱਲ ਹੋਣ। ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ।